ਸਿੱਖ ਵਿਰਸਾ ਹੈ ਸਭ ਤੋਂ ਨਿਆਰਾ ਕੌਣ ਬਣੇਗਾ ਪਿਆਰੇ ਦਾ ਪਿਆਰਾ ਜਿਹੜਾ ਬਣ ਗਿਆ ਪਿਆਰੇ ਦਾ ਪਿਆਰਾ 1 ਲੱਖ ਰੁਪਈਆ ਕੈਸ਼ ਇਨਾਮ ਦੂਜਾ 51000 ਤੀਜਾ 31000 ਚੌਥਾ 21000 ਤੇ ਪੰਜਵਾਂ 11000 ਰੁਪਈਆ ਨਗਦ ਇਨਾਮ ਤੇ ਹੋਰ ਵੀ ਹਜ਼ਾਰਾਂ ਦੇ ਇਨਾਮ ਕੌਣ ਜਿੱਤ ਕੇ ਲੈ ਕੇ ਜਾ ਰਿਹਾ ਹੈ ਤੁਸੀਂ ਜਾਂ ਤੁਸੀਂ ਜਾਂ ਤੁਸੀਂ ਇਹ ਤਾਂ ਹੁਣ ਮਿਹਨਤ ਉੱਪਰ ਨਿਰਭਰ ਹੈ ਕਿਉਂਕਿ ਲੰਮੇ ਸਮੇਂ ਬਾਅਦ ਸਿੱਖ ਵਿਰਸਾ ਹੈ ਸਭ ਤੋਂ ਨਿਆਰਾ ਕੌਣ ਬਣੇਗਾ ਪੈੜ ਦਾ ਪੈੜਾ ਕਰੋਨਾ ਕਾਲ ਕਰਕੇ ਫਾਈਨਲ ਦਾ ਮੁਕਾਬਲਾ ਰੱਦ ਕਰਨਾ ਪਿਆ ਪ੍ਰਸੰਗਤ ਦੀਆਂ ਅਸੀਸਾਂ ਦੇ ਨਾਲ ਫੇਰ ਇਸ ਪਲੇਟਫਾਰਮ ਤੇ ਅਸੀਂ ਆ ਰਹੇ ਹਾਂ ਤੁਸੀਂ ਇਸ਼ਤਿਹਾਰ ਜਿਹੜਾ ਹੈ ਮੇਰੇ ਨਾਲ ਦੇਖ ਰਹੇ ਹੋ ਇਸ ਇਸ਼ਤਿਹਾਰ ਤੇ ਪ੍ਰੋਗਰਾਮ ਸੰਬੰਧੀ ਸਾਰੀ ਜਾਣਕਾਰ ਦਿੱਤੀ ਗਈ ਹੈ 26 ਮਾਰਚ ਦਿਨ ਐਤਵਾਰ 2023 ਨੂੰ ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਜਿਹੜਾ ਮੁਕਾਬਲਾ ਕਰਨ ਜਾ ਰਹੇ ਆ ਕਿਉਂ ਆਈ ਗਈ ਸੰਗਤ ਵਾਸਤੇ ਜਿਹੜਾ ਰਹਿਣ ਦਾ ਪ੍ਰਬੰਧ ਹੈ ਉਹ ਪੂਰਾ ਕੀਤਾ ਜਾਏਗਾ ਖਾਣ ਦਾ ਪ੍ਰਬੰਧ ਜਿਹੜਾ ਹੈ ਉਹ ਪੂਰਾ ਕੀਤਾ ਜਾਏਗਾ ਸੋ ਸੰਗਤ ਦੇ ਚਰਨਾਂ 'ਚ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਰਜਿਸਟ੍ਰੇਸ਼ਨ ਜਿਹੜੀ ਆ ਦਮਦਮੀ ਟਕਸਾਲ ਜਥਾ ਰਾਜਪੁਰਾ ਆ ਐਪਲੀਕੇਸ਼ਨ ਜਿਹੜੀ ਆ ਇਹ ਤੁਹਾਨੂੰ ਦਿੱਤੀ ਜਾ ਰਹੀ ਹੈ ਇਹਦੇ ਤੇ ਜਾ ਕੇ ਹੀ ਤੁਹਾਨੂੰ ਸਾਰਾ ਸਿਲੇਬਸ ਪ੍ਰਾਪਤ ਹੋਏਗਾ YouTube ਦਾ ਸਿਲੇਬਸ ਵੀ ਇਹਦੇ ਤੇ ਹੀ ਪ੍ਰਾਪਤ ਹੋਏਗਾ ਜਦੋਂ ਤੁਸੀਂ ਐਪਲੀਕੇਸ਼ਨ ਨੂੰ ਖੋਲੋਗੇ ਤਾਂ ਤੁਹਾਨੂੰ ਨਾਲ-ਨਾਲ ਜਿਹੜੇ ਨੇ ਵੀਡੀਓਜ਼ ਤੇ ਜਿਹੜੇ ਨੇ ਲਿੰਕ ਨੇ ਉਹ ਵੀ ਮਿਲ ਜਾਣਗੇ ਤੇ ਜਿਹੜੀਆਂ ਬੁਕਸ ਨੇ ਆ ਤੁਸੀਂ ਦੇਖ ਰਹੇ ਹੋ ਜਿਹੜੀਆਂ ਬੁਕਸ ਨੇ ਉਹ ਵੀ ਤੁਹਾਨੂੰ ਆਨਲਾਈਨ ਐਪਲੀਕੇਸ਼ਨ ਦੇ ਉੱਪਰ ਹੀ ਮਿਲਣਗੀਆਂ ਸੋ ਡਾਊਨਲੋਡ ਕਰ ਲਓ ਐਪਲੀਕੇਸ਼ਨ ਤੇ ਹੋਰ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ 70619

ਇਸ ਨੰਬਰ ਤੇ ਕਦੇ ਵੀ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ Telegram ਤੇ ਸਾਡਾ ਗਰੁੱਪ ਹੈ Telegram ਤੇ ਪੰਜਾਬੀ ਚ ਲਿਖੋਗੇ ਕੌਣ ਬਣੇਗਾ ਪਿਆਰ ਦਾ ਪਿਆਰਾ ਤਾਂ ਵੀ ਸਰਚ ਹੋਏਗਾ ਇੰਗਲਿਸ਼ ਚ ਲਿਖੋਗੇ ਕੌਣ ਬਣੇਗਾ ਪਿਆਰੇ ਦਾ ਪਿਆਰਾ ਉਹ Telegram ਜਿਹੜਾ ਲਿੰਕ ਹੈ ਗਰੁੱਪ ਹੈ ਉਹਨੂੰ ਜੁਆਇਨ ਕਰੋ ਤਾਂ ਜੋ ਤੁਸੀਂ ਹਰ ਇੱਕ ਜਾਣਕਾਰੀ ਜਿਹੜੀ ਆ ਪਲ-ਪਲ ਦੀ ਇਸ ਪ੍ਰੋਗਰਾਮ ਦੇ ਕੌਣ ਬਣੇਗਾ ਪਿਆਰ ਦਾ ਪਿਆਰਾ ਦੀ ਤੁਹਾਨੂੰ ਜਿਹੜੀ ਆ ਉਹ ਮਿਲਦੀ ਰਹੇ ਸੋ 15 ਸਾਲ ਤੋਂ ਲੈ ਕੇ 90 ਸਾਲ ਦੀ ਉਮਰ ਤੱਕ ਦੇ ਮਾਈ ਭਾਈ ਬਜ਼ੁਰਗ ਜਿਹੜੇ ਨੇ ਇਸ ਮੁਕਾਬਲੇ ਦੇ ਵਿੱਚ ਭਾਗ ਲੈ ਸਕਦੇ ਨੇ ਸੋ ਮੌਕਾ ਨਾ ਖੰਜਾਓ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਪਰ ਵੀ ਇਹ ਜਿਹੜਾ ਪ੍ਰੋਗਰਾਮ ਹੈ ਚੱਲੇਗਾ ਮੀਡੀਆ ਪਾਰਟਨਰ ਚੜ੍ਹਦੀ ਕਲਾ ਟਾਈਮ ਟੀਵੀ ਹੈ ਸੋ ਉਹਦੇ ਤੇ ਵੀ ਐਡਸ ਚੱਲਣਗੀਆਂ ਸੋ ਬੱਚਿਆਂ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਸ਼ੁਰੂ ਹੋ ਗਈ ਹੈ 1000 ਬੱਚੇ ਦੀ ਰਜਿਸਟ੍ਰੇਸ਼ਨ ਹੋਵੇਗੀ ਉਹ ਤਾਂ ਮਿੰਟਾਂ ਵਿੱਚ ਹੋ ਜਾਣੀ ਹੈ 1000 ਦੇ ਵਿੱਚ ਕੀ ਤੁਹਾਡਾ ਨੰਬਰ ਆਏਗਾ ਇਹ ਹੁਣ ਤੁਹਾਡੇ ਤੇ ਡਿਪੈਂਡਡ ਹੈ ਰਜਿਸਟ੍ਰੇਸ਼ਨ ਜਲਦੀ ਤੋਂ ਜਲਦੀ ਕਰਵਾਓ ਤੇ ਸਿਲੇਬਸ ਜਿਹੜਾ ਹੈ ਉਹ ਪ੍ਰਾਪਤ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ